ਇਸ ਦਰਵਾਜ਼ੇ ਦੀਆਂ ਤਸਵੀਰਾਂ ਵੀ ਤੁਸੀਂ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਦੇਖੀਆਂ ਤਾਂ ਹੋਣੀਆਂ। ਜੇ ਨਹੀਂ ਤਾਂ ਇਸ ਘਰ ਦਾ ਸੱਚ ਤੁਹਾਡੇ ਵੀ ਰੌਂਗਟੇ ਖੜੇ ਕਰ ਦੇਵੇਗਾ ਤੇ ਸਭ ਕੁਝ ਹੁੰਦਿਆਂ ਹੋਇਆ ਮਰੂ ਮਰੂ ਕਰਨ ਵਾਲਿਆਂ ਨੂੰ ਸ਼ੀਸ਼ਾ ਜ਼ਰੂਰ ਦਿਖਾਵੇਗਾ। ਦਰਅਸਲ ਮਾਮਲਾ ਬਠਿੰਡਾ ਦੇ ਪਿੰਡ ਮਹਿਮਾ ਸਰਜਾਂ ਤੋਂ ਸਾਹਮਣੇ ਆਇਆ ਹੈ, ਜਿੱਥੇ ਹੱਥਾਂ 'ਚ ਆਪਣੇ ਜਵਾਨ ਫੌਜੀ ਦੀ ਤਸਵੀਰ ਲਈ ਇਨਸਾਫ ਦੀ ਗੁਹਾਰ ਲਗਾ ਰਹੀ ਇਸ ਮਾਂ ਨੂੰ ਅਜਿਹੀ ਬਿਮਾਰੀ ਹੋ ਗਈ ਕਿ ਜਿਸ ਦਾ ਇਲਾਜ ਕਰਵਾਉਣ ਲਈ ਪੇਕੇ ਪਰਿਵਾਰ ਨੂੰ ਆਪਣਾ ਸਾਰਾ ਕੁਝ ਵੇਚਣਾ ਪਿਆ। ਇੰਨਾ ਹੀ ਨਹੀਂ, ਇਸ ਵਿਚਾਰੀ ਮਨਜੀਤ ਕੌਰ ਨੂੰ ਕਈ ਸਾਲ ਪਹਿਲਾਂ ਸਹੁਰੇ ਪਰਿਵਾਰ ਨੇ ਮਾਰ ਕੁੱਟ ਕੇ ਘਰੋਂ ਕੱਢ ਦਿੱਤਾ ਤੇ ਉਸਦੇ ਬੱਚੇ ਵੀ ਉਸਨੂੰ ਮਿਲਣ ਨਹੀਂ ਦਿੱਤੇ। ਸਾਰੀ ਕਹਾਣੀ ਤੁਸੀਂ ਪੀੜਤ ਦੀ ਜ਼ੁਬਾਨੀ ਸੁਣ ਲਵੋ, ਪਰ ਇਸ ਮੌਕੇ ਉਹਨਾਂ ਸਿਆਸਤਦਾਨਾਂ ਨੂੰ ਜ਼ਰੂਰ ਸ਼ਰਮ ਕਰਨੀ ਚਾਹੀਦੀ ਹੈ ਜਿਹੜੇ ਇੱਕ ਲੰਮਾ ਅਰਸਾ ਪੰਜਾਬ ਤੇ ਰਾਜ ਕਰਦੇ ਰਹੇ। ਮਾਮਲਾ ਇਹ ਹੈ ਜੀ, ਮੈਨੂੰ ਸਹੁਰੇ ਪਰਿਵਾਰ ਨੇ ਘਰੋਂ ਕੁੱਟ ਮਾਰ ਕੇ ਕੱਢਿਆ ਸੀ। ਮੈਂ ਤਾਂ ਇਹੀ ਮੰਗ ਕਰਦੀ ਹੈਗੀ ਵੀ ਜਿਹੜਾ ਮੇਰੇ ਨਾਲ ਇਨਸਾਫ ਨਹੀਂ ਹੋਇਆ ਅੱਜ ਤੱਕ, ਉਹ ਇਨਸਾਫ ਚਾਹੀਦਾ ਮੈਨੂੰ ਅਤੇ ਮੈਨੂੰ ਮੇਰੀ ਬੇਟੀ ਮਿਲਣੀ ਚਾਹੀਦੀ ਹੈ। ਮੈਂ ਹੋਰ ਕੁਛ ਨਹੀਂ ਮੰਗ ਕਰਦੀ ਵੀ ਮੇਰਾ ਇਲਾਜ ਹੋ ਜੇ ਅਤੇ ਬਸ ਮੈਨੂੰ ਮੇਰੀ ਬੇਟੀ ਮਿਲ ਜੇ। ਮੇਰਾ ਪੁੱਤ ਵੀ ਸ਼ਹੀਦ ਹੋ ਗਿਆ, ਮੇਰੇ ਪੁੱਤ ਵੀ ਨਹੀਂ ਰਿਹਾ, ਉਹਦੇ ਸਾਰੇ ਤਾਂ ਸੀਗੀ ਮੈਂ, ਕਿਉਂਕਿ ਹੁਣ ਮੇਰੀ ਬੇਟੀ ਹੈ ਬਸ, ਮੇਰੀ ਕੁੜੀ ਹੈ ਬਸ, ਮੈਨੂੰ ਉਹ ਮਿਲਣੀ ਚਾਹੀਦੀ ਹੈ। ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਜਿਨ੍ਹਾਂ ਨੇ ਮੇਰੇ ਨਾਲ ਗਲਤ ਕੀਤਾ। ਲਾਸਟ ਦੋ ਗੱਲ ਹੋਈ ਹੈ ਉਹਦੇ ਨਾਲ 3-4 ਦਿਨ ਪਹਿਲਾਂ ਜੀ, ਸ਼ਹੀਦ ਹੋਣ ਤੋਂ 3-4 ਦਿਨ ਪਹਿਲਾਂ ਮੇਰੇ ਨਾਲ ਗੱਲ ਹੋਈ ਹੈ। ਉਹ ਬਸ ਇਹੀ ਕਹਿੰਦਾ ਸੀ, ਮਾਂ ਮੈਂ ਤੈਨੂੰ ਆਪਦੇ ਕੋਲੇ ਲੈ ਜੂੰਗਾ, ਮੈਂ ਥਾਂ ਲੈ ਲਿਆ ਹੁਣ, ਮੈਂ ਆਪਦੇ ਕੋਲੇ ਲੈ ਜੂੰਗਾ, ਥਾਂ ਪਾਲੂੰਗਾ ਮੈਂ, ਕੁੜੀ ਦਾ ਵਿਆਹ ਕਰਨਾ, ਤੂੰ ਮੈਨੂੰ ਬੈਠੀ ਦੱਸੀ ਜਾਈ, ਮੈਂ ਤੇਰਾ ਇਲਾਜ ਕਰਾ ਦੂੰ, ਸਾਰਾ ਕੁਛ ਕਰੂੰਗਾ ਮਾਂ, ਤੈਨੂੰ ਠੀਕ ਕਰ ਦੂੰਗਾ, ਠੀਕ ਕਰਾ ਦੂੰਗਾ ਤੈਨੂੰ ਮੈਂ, ਤੇਰਾ ਸਹੀ ਇਲਾਜ ਕਰਾ ਲੂੰ। ਐਸਾ ਹੀ ਆਉਂਦਾ ਹੁੰਦਾ ਸੀ ਮੈਨੂੰ ਸਾਰੇ ਪਰਿਵਾਰ 'ਚ। ਸ਼ਹੀਦ ਅਮਰਦੀਪ ਦੀ ਭੂਆ ਅਤੇ ਫੁੱਫੜ ਅਤੇ ਉਹਦਾ ਪਿਓ, ਉਹਦਾ ਉਹੀ ਤਿੰਨੇ ਮੈਨੂੰ ਤੰਗ ਪਰੇਸ਼ਾਨ, ਕੁੱਟ ਮਾਰ ਸਾਰਾ ਕੁਛ ਉਹੀ ਕਰਦੇ ਸੀ ਮੈਨੂੰ। ਇਹਨਾਂ ਨੇ ਮੈਨੂੰ ਘਰੋਂ ਕੱਢਿਆ ਤਿੰਨਾਂ ਨੇ, ਉਹਨਾਂ ਦੇ ਖਿਲਾਫ਼ ਮੈਂ ਕਹਿਣਾ ਚਾਹੁੰਦੀ ਹਾਂ ਵੀ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ ਅਤੇ ਮੈਨੂੰ ਇਨਸਾਫ਼ ਮਿਲੇ। ਦੂਸਰੇ ਪਾਸੇ ਮਨਜੀਤ ਦੇ ਪਿਤਾ ਨੇ ਕੰਬਦੀ ਜਿਹੀ ਆਵਾਜ਼ 'ਚ ਕਿਹਾ ਹੈ ਕਿ ਮੇਰੇ ਕੋਲ ਆਖਿਰ ਸਭ ਵੇਚ ਵੱਟ ਕੇ ਬਸ ਆਹੀ ਘਰ ਬਚਿਆ ਸੀ ਜਿਸ ਦੇ ਦਰਵਾਜ਼ੇ 'ਤੇ ਹੁਣ ਮੈਂ ਆਖਰੀ ਸਲਾਮ ਲਿਖ ਦਿੱਤਾ। ਮਾਮਲਾ ਜੀ, ਹੁਣ ਲੜਕੀ ਆਏ ਸੀ, ਲੜਕੀ ਨੇ ਕੈਂਸਰ ਦੀ ਮਰੀਜ਼ ਆ ਜੀ, 7-8 ਸਾਲ ਹੋ ਗਏ, ਸਹੁਰੇ ਪਰਿਵਾਰ ਨੇ ਘਰੋਂ ਕੱਢਤੀ ਅਤੇ ਉਸ ਤੋਂ ਬਾਅਦ ਰਾਜਸਥਾਨ ਜਾ ਵੜੇ ਸੀ, ਰਾਜਸਥਾਨ ਇਹਨਾਂ ਨੇ ਮਕਾਨ ਬਣਾ ਲਿਆ। ਅੱਛਾ, ਕੈਂਸਰ ਦੀ ਮਰੀਜ਼, ਕੈਂਸਰ ਜ਼ਿਆਦਾ ਵੱਧ ਗਿਆ, ਉਹ ਹੁਣ ਕਰਨਪੁਰ ਜਾ ਕੇ ਆਪਰੇਸ਼ਨ ਕਰਾਏ, ਜੈਪੁਰ ਆਪਰੇਸ਼ਨ ਕਰਾਏ। ਹੁਣ ਆਪਰੇਸ਼ਨਾਂ 'ਤੇ ਪੈਸੇ ਤਾਂ ਤੁਹਾਨੂੰ ਪਤਾ ਲੱਗਦੇ ਹੀ ਆ, ਹੁਣ ਸਾਰਾ ਘਰ ਆਪ ਥੋੜ੍ਹਾ ਹੀ ਵਿਕ ਗਿਆ, ਇੱਥੋਂ ਵਾਲਾ ਵੀ ਸਾਰਾ ਵਿਕ ਗਿਆ, ਅਤੇ ਹੁਣ ਕੁੜੀ ਲੜਕੀ ਮੇਰੇ ਕੋਲ ਆ ਗਈ ਇੱਥੇ, ਇੱਥੇ ਹੁਣ ਮੈਂ ਆਪਦਾ, ਹੁਣ ਮੇਰੇ ਕੋਲ ਪੂੰਜੀ ਹੈ ਨਹੀਂ ਕੋਈ ਵੀ, ਨਾ ਕੋਈ ਜਾਇਦਾਦ ਹੈ, ਨਾ ਜ਼ਮੀਨ ਆ, ਨਾ ਕੁਛ ਨਹੀਂ, ਹੋਰ ਕੋਈ ਕੰਮ ਕਾਰ ਵਾਲਾ ਵੀ ਹੈ ਨਹੀਂ। ਲੜਕਾ ਹੈਗਾ ਜੀ, ਉਹ ਢੂਈਦਾਰ ਹੀ ਹੈ, ਚਿਣਾਈ ਦਾ ਕੰਮ ਕਰਦਾ, ਉਹ ਤੋਂ ਕੰਮ ਨਹੀਂ ਹੁੰਦਾ, ਪੱਟਾ ਲਾ ਕੇ ਕੰਮ ਕਰਦਾ। 20-25 ਲੱਖ ਰੁਪਈਆ ਲੱਗ ਗਿਆ ਜੀ। ਹਾਂਜੀ, ਅਤੇ ਹੁਣ 3 ਲੱਖ ਰੁਪਈਆ ਫੇਰ ਮੰਗਿਆ ਉਹਨਾਂ ਨੇ ਜੈਪੁਰ ਵਾਲਿਆਂ ਨੇ ਆਪਰੇਸ਼ਨ ਦਾ, ਉਹ ਹਨ ਕਿ ਆਪਦਾ ਘਰ ਵਿਕਾਊ ਕੀਤਾ ਬਈ, ਵੀ ਆਪਦਾ ਘਰ ਵੇਚ ਕੇ ਆਪਰੇਸ਼ਨ ਕਰਾ ਦਾਂਗੇ, ਫਿਰ ਹੋਰ ਕੀ ਕਰੀਏ, ਹੁਣ ਆਪਰੇਸ਼ਨ ਤਾਂ ਕਰਾਉਣਾ ਹੀ ਪਊ। ਹਾਂਜੀ, ਕਿਸੇ ਤੋਂ ਮਦਦ ਨਹੀਂ ਮਿਲੀ, ਨਾ ਕੋਈ ਹੈ ਜੀ, ਨਾ ਮੰਗੇ ਕਿਸੇ ਤੋਂ, ਨਾ ਲੋਕ ਤਾਂ ਹੁਣ ਕਾਰਵਾਈ ਤਾਂ ਉਹਨਾਂ 'ਤੇ ਹੀ ਹੋਣੀ ਚਾਹੀਦੀ ਜਿਹਨਾਂ ਨੇ ਜਵਾਕ ਕਿਸੇ ਦਾ, ਉਹ ਵੀ ਸ਼ਹੀਦ ਹੋ ਗਿਆ ਜੀ, ਅਤੇ ਉਹਦਾ ਵੀ ਨਹੀਂ ਹੁਣ ਇਹਨੂੰ ਕੁਛ ਮਿਲ ਰਿਹਾ, ਵੀ ਮਾਂ ਹੈ ਬੱਚੇ ਦੀ, ਉਹ ਵੀ ਹੁਣ ਭੂਆ ਫੁੱਫੜ ਜੀ ਸਾਰਾ ਕੁਛ ਉੱਥੇ ਹੀ ਲਈ ਜਾਂਦੇ ਆ ਮੁੰਡੇ ਦੇ, ਅਤੇ ਬਸ ਆਪਾਂ ਤਾਂ ਇਨਸਾਫ਼ ਚਾਹੀਦਾ ਵੀ ਕੁੜੀ ਆ ਜਿਉਂਦੀ ਹੋ ਜੇ ਜਿਹੜੇ ਉਹਨਾਂ ਨੇ ਮਾਰੀ ਹੈ, ਅਤੇ ਬਸ ਇਹਨੂੰ ਕੋਈ ਇਹਦੀ ਖਾਤਰ, ਕੈਂਸਰ ਮਰੀਜ਼ ਦੀ ਖਾਤਰ ਅਤੇ ਕੁਛ ਕੋਈ ਮਦਦ ਮਿਲ ਜੇ, ਕੁਛ ਇਹਨੂੰ ਕੋਈ ਪੈਨਸ਼ਨ ਵੱਧ ਜੇ ਇਹਦੀ, ਕੋਈ ਜਿਹੜੇ 4 ਸਾਲ ਹੈ ਜ਼ਿੰਦਗੀ ਉਹ ਸੌਖੀ ਟੱਪ ਜੇ। ਹਾਂਜੀ, ਭੂਆ ਫੁੱਫੜ ਨੇ ਮਰੀ ਲਿਖਾਇਆ ਜੀ, ਵੀ ਉਹ ਮਰੀ ਵੀ ਹੈ, ਛੋਟੇ ਹੁੰਦਿਆਂ ਨੂੰ ਅਸੀਂ ਪਹਿਲੀ ਤੋਂ ਲੈ ਕੇ ਅਸੀਂ ਪੜ੍ਹਾਇਆ, ਅਤੇ 8-5 ਜਮਾਤਾਂ ਤਾਂ ਜੀ ਇਹਨੇ ਫੂਲ ਹੀ ਕੀਤੀਆਂ, 3 ਜਮਾਤਾਂ ਤਾਂ ਇੱਥੇ ਮਹਿਮੇ ਸਰ ਜੇ ਮੇਰੇ ਕੋਲ ਕਰਕੇ ਗਿਆ ਮੁੰਡਾ ਜੀ, ਇਹ 8 ਸਾਲ ਦਾ ਸੀ ਇੱਥੇ ਜਦੋਂ ਭੇਜਿਆ, 2 ਜਮਾਤਾਂ ਫਿਰ ਇਹਨੇ ਫੂਲ ਕੀਤੀਆਂ, 5ਵੀਂ 'ਚ ਸੀਗਾ ਜੀ ਜਦੋਂ ਇਹ ਕੁੱਟਮਾਰ ਕਰਕੇ ਲੜਕੀ ਨੂੰ ਮੇਰੇ ਨੂੰ ਘਰੋਂ ਕੱਢਤਾ, ਅਤੇ ਉਹ ਜਵਾਕਾਂ ਨੂੰ ਭੂਆ ਫੁੱਫੜ ਲੈ ਗਏ, ਅਤੇ ਉਹਨਾਂ ਨੇ ਉਦੋਂ ਬਾਅਦ ਉੱਥੇ ਪੜ੍ਹਾਇਆ, ਖਰਚਾ ਪਾਣੀ ਸਾਰਾ ਉਹ ਫੂਲ ਵਾਲੇ ਉਹਦੇ ਪਿਓ ਤੋਂ ਉੱਥੋਂ ਹੀ ਜਾਂਦਾ ਰਿਹਾ ਸਾਰਾ ਖਰਚਾ, ਅਤੇ ਉਹਨਾਂ ਨੇ ਪੜ੍ਹਾ ਲਿਖਾ ਤਾ, ਮੈਂ ਪੜ੍ਹਾ ਲਿਖਾ ਕੇ ਨੌਕਰੀ 'ਤੇ ਲਾ ਤਾ, ਮਾਂ ਨਾਲ ਗੱਲਾਂ ਕਰਦਾ ਰਿਹਾ ਆਪਦੀਆਂ ਨਾਲ, ਮਾਂ ਤੈਨੂੰ ਮੈਂ ਲੈ ਜੂੰਗਾ ਆਪਦੇ ਕੋਲ, ਹੁਣ ਮੈਂ ਥਾਂ ਲੈ ਲਿਆ ਬਰਨਾਲੇ, ਅਤੇ ਉਹ ਪਾ ਕੇ ਤੁਹਾਨੂੰ ਕੁੜੀ ਦਾ ਵਿਆਹ ਕਰਾਂਗੇ ਨਾਲੇ, ਅਤੇ ਉੱਥੇ ਤੈਨੂੰ ਮੈਂ ਲੈ ਜੂੰਗਾ, ਅਤੇ ਉਹ ਜਾਣ ਤੋਂ ਪਹਿਲਾਂ ਹੀ ਉਹ ਭਾਈ ਸ਼ਹੀਦ ਹੋ ਗਿਆ, ਹੁਣ ਉਹ ਦੱਸ ਉਹਨੂੰ ਕੀ ਹੁਣ, ਇਹ ਤਾਂ ਇਨਸਾਫ਼ ਹੀ ਹੈ ਜੀ, ਕੁੜੀ ਨੂੰ ਕੋਈ ਇਨਸਾਫ਼ ਮਿਲ ਜੇ ਬਸ, ਜਾਂ ਕੋਈ ਇਹਦੀ ਮਦਦ ਆ ਕਿਸੇ ਪਾਸੋਂ ਕੋਈ ਵੀ ਮਿਲ ਜੇ, ਇਹਦਾ ਇਲਾਜ ਕਰਵਾ ਸਕੀਏ, ਹੁਣ ਮੇਰਾ ਤਾਂ ਇਕੱਲਾ ਮੇਰੇ ਕੋਲ ਤਾਂ ਘਰ ਹੀ ਹੈਗਾ, ਉਹ ਵੇਚਦੇ ਨੇ, ਇਲਾਜ ਤਾਂ ਕਰਾਉਣਾ ਹੀ ਪਊਗਾ ਜੀ। ਆਜ਼ਾਦੀ ਤੋਂ ਬਾਅਦ ਦੇਸ਼ ਨੇ ਤਰੱਕੀ ਤਾਂ ਬਹੁਤ ਕੀਤੀ, ਪਰ ਜਦੋਂ ਇਨਸਾਫ਼ ਦੀ ਗੱਲ ਆਉਂਦੀ ਹੈ ਤਾਂ ਇਸ ਮੁਲਕ ਵਿੱਚ ਗਰੀਬਾਂ ਦੀ ਹਾਲਤ ਕਿਉਂ ਦਿਨ ਪਰ ਦਿਨ ਪਤਲੀ ਹੁੰਦੀ ਜਾਂਦੀ ਹੈ ਅਤੇ ਕਿਉਂ ਅਜਿਹੇ ਲੋਕਾਂ ਨੂੰ ਮਦਦ ਨਹੀਂ ਮਿਲਦੀ, ਇਹ ਬਹੁਤ ਸ਼ਰਮ ਵਾਲੀ ਗੱਲ।
ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਨਰੇਸ਼ ਕੁਮਾਰ ਦੀ ਰਿਪੋਰਟ।